ਸ੍ਰੀਕਾਲ ਸਾਰੇ ਵੀਰਾਂ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਸਾਡੇ ਚੈਨਲ ਤੇ ਸਵਾਗਤ ਕਰਦੇ ਆ ਇਸ ਵਾਲ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੱਡੀ ਅਪਡੇਟ ਦੇਣਾ ਚਾਹੁੰਦੇ ਆ ਇੱਕ ਵੱਡੀ ਟੀਮ ਤਿਆਰ ਹੋ ਚੁੱਕੀ ਆ ਵੱਡੇ ਕਬੱਡੀ ਕੱਪ ਤੇ ਖੇਡਣ ਲਈ ਜੋ ਅੱਜ ਚੋਟੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਰਾਏਕੋਟ ਦੇ ਵਿੱਚ ਵੱਡਾ ਕਬੱਡੀ ਕੱਪ ਜੋ ਇਹ ਕਬੱਡੀ ਓਪਨ ਦੇ ਮੈਚ ਹਨ ਤਿੰਨ ਖਿਡਾਰੀ ਬਾਹਰੋਂ 71,000 ਪਹਿਲਾ ਇਨਾਮ ਹੈ ਅਤੇ ਦੂਜਾ ਇਨਾਮ 51,000 ਰੱਖਿਆ ਗਿਆ ਹੈ ਬੈਸਟ ਰੇਡਰ ਅਤੇ ਜਾਫੀ ਨੂੰ 51,000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ ਜੋ ਟੀਮ ਪਹੁੰਚਣ ਜਾ ਰਹੀ ਹੈ ਇੱਕ ਵੱਡੀ ਟੀਮ ਹਰਿਆਣੇ ਦਾ ਚੋਟੀ ਦਾ ਸਟਾਰ ਸ਼ੀਲੂ ਬੋਹਕਬਰ ਵਾਲਾ ਅੱਜ ਕੱਲ੍ਹ ਚਰਚਾ ਹੁੰਦੀ ਆ ਮੁੰਡੇ ਦੀ 14-14 ਜੱਫੀਆਂ ਦਾ ਰਿਕਾਰਡ ਬਣਾਉਣ ਵਾਲਾ ਵੱਡਾ ਖਿਡਾਰੀ ਆ ਸ਼ੀਲੂ ਬਾਈ ਖੇਡਣ ਜਾ ਰਿਹਾ ਵੱਡੀ ਟੀਮ ਤਿਆਰ ਕਰ ਲਈ ਆ ਉਸਨੇ ਅੱਚਰਵਾਲ ਦੀ ਟੀਮ ਦੇ ਵਿੱਚ ਰਾਏਕੋਟ ਦਾ ਗੁਆਂਢੀ ਪੈਂਡੀ ਉਸਦੀ ਟੀਮ ਜੋ ਹੈ ਉੱਥੋਂ ਗੁਆਂਢੀ ਏਰੀਏ ਦੀ ਬਣਾ ਰਿਹਾ ਅੱਚਰਵਾਲ ਟੀਮ ਜਿਸ ਦੇ ਵਿੱਚ ਦੋ ਮਾਝੇ ਦੇ ਸਟਾਰ ਰੇਡਰਾਂ ਦਾ ਜਿਹੜਾ ਕਿ ਅੱਜ ਕੱਲ੍ਹ ਦੌਰ ਚੱਲਦਾ ਜਿਨ੍ਹਾਂ ਰੇਡਰਾਂ ਦਾ ਅੰਬਾਸੌਰ ਸਿੰਘ ਦੀਪ ਦਬੋਰਜੀ ਇਹ ਦੋਨੇ ਪਲੇਅਰ ਰੇਡਰ ਖੇਡਣਗੇ ਨਾਲ ਅੱਚਰਵਾਲ ਦੀ ਟੀਮ ਦੇ ਵਿੱਚ ਸ਼ੀਲੂ ਨਾਲ ਇਹ ਵੱਡੀ ਟੀਮ ਤਿਆਰ ਹੋਈ ਆ ਬਾਕੀ ਦੇਖਾਂਗੇ ਕਿਹੜਾ ਜੋ ਹੈ ਜਿੱਤ ਕੇ ਜਾਂਦਾ ਹੈ ਇਸ ਵੱਡੇ ਕੱਪ ਤੋਂ ਰਾਏਕੋਟ ਤੋਂ ਇਹ ਵੀ ਵੱਡੀ ਟੀਮ ਬਾਕੀ ਗੁਰਵਿੰਦਰ ਘਾਂਗੇ ਹੁਣੀ ਹੋਰ ਵੀ ਵੱਡੀਆਂ ਟੀਮਾਂ ਪਹੁੰਚਣਗੀਆਂ ਇਸ ਵੱਡੇ ਕੱਪ 'ਤੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ 'ਚ ਇਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਚੈਨਲ 'ਤੇ ਨਵੇਂ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਕੀ ਹੋਰ ਪਲੇਅਰਾਂ ਦੀ ਸਾਨੂੰ ਅਪਡੇਟ ਨਹੀਂ ਸੀ ਤਾਂ ਕਰਕੇ ਨਹੀਂ ਦੱਸਿਆ ਜੇਕਰ ਕੁਝ ਪਤਾ ਲੱਗਦਾ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਵਾਂਗੇ ਧੰਨਵਾਦ।